ਉਧਰ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿੱਚ ਅਕਾਲੀ ਦਲ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰਦਾ ਹੈ। ਪੰਜਾਬ ਵਿੱਚ ਉਹਨਾਂ ਦੀ ਭਾਈਵਾਲ ਪਾਰਟੀ ਭਾਜਪਾ ਦੇ ਵੱਖਰੇ ਸਟੈਂਡ ਬਾਰੇ ਉਹਨਾਂ ਕਿਹਾ ਕਿ ਲੋਕ ਰਾਜ ਵਿੱਚ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਅਤੇ ਗੱਠਜੋੜ ਤੇ ਕੋਈ ਅਸਰ ਨਹੀਂ ਪਵੇਗਾ। ਜਿਹੜਾ ਭੁੱਲਰ ਦਾ ਫੈਸਲਾ ਉਹ ਕਈ ਗੱਲਾਂ ਤੋਂ ਵੱਖਰਾ ਹੈ। ਇੱਕ ਤਾਂ ਕਿ ਇਹ ਸਥਿਤੀ ਪੈਦਾ ਕਿਉਂ ਹੋਈ, ਕਿੰਨਾਂ ਸਥਿਤੀਆਂ 'ਚੋਂ ਨਿਕਲ ਕੇ ਹਾਲਾਤ ਆਏ ਤਾਂ ਇਹ ਕਿਉਂ ਹੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਪੈਦਾ ਹੋਈਆਂ। ਸੈਕਿੰਡਲੀ ਜਿਹੜੀ ਕੇਸ ਦੇ ਵਿੱਚ ਉਹਨੂੰ ਸਜ਼ਾ ਦਿੱਤੀ ਜਾ ਰਹੀ ਹੈ, ਜਿਹੜਾ ਮੁੱਖ ਦੋਸ਼ੀ ਆ ਉਸ ਕੇਸ ਦਾ, ਜਿਹਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀ ਕਿ ਇਹਨੇ ਚਲਾ ਕੀਤਾ ਸਾਰਾ ਕੁਛ, ਉਹਨੂੰ ਤਾਂ ਬਰੀ ਕਰਤਾ। ਮੁੱਖ ਦੋਸ਼ੀ ਨੂੰ ਜੇ ਬਰੀ ਕਰ ਦਈਏ ਤਾਂ ਫਿਰ ਦੂਜਾ ਤਾਂ ਦੋਸ਼ੀ ਰਹਿੰਦਾ ਹੀ ਨਹੀਂ ਗਾ, ਮੁੱਖ ਦੋਸ਼ੀ ਤਾਂ ਇਹਨਾਂ ਨੇ ਬਰੀ ਕਰਤਾ ਲਾਹੌਰੀ। ਉਦੋਂ ਅੱਗੇ ਕੀ ਤਿੰਨ ਜੱਜਾਂ ਦਾ ਪੈਨਲ ਬਣਿਆ ਹੋਇਆ ਸੀ ਹਾਈ ਕੋਰਟ ਦਿਆਂ ਦਾ, ਤਿੰਨ ਜੱਜਾਂ ਦੇ ਪੈਨਲ 'ਚੋਂ ਜਿਹੜਾ ਮੁੱਖ ਜੱਜ ਸੀ ਉਸ ਦਾ, ਉਹਨੇ ਵੀ ਉਹਨੂੰ ਬਰੀ ਕੀਤਾ ਵੀ ਬਣਦੀ ਨਹੀਂ ਇਹ ਸਜ਼ਾ ਹੈਗੀ, ਬਣਦੀ ਨਹੀਂ। ਦੇਖੋ ਅਫਜ਼ਲ ਗੁਰੂ ਨੂੰ ਇਹਨੂੰ ਸਾਨੂੰ ਜੋੜਨਾ ਨਹੀਂ ਚਾਹੀਦਾ ਇਹਦੇ ਨਾਲ, ਉਹਦਾ ਤੇ ਇਹਦਾ ਜ਼ਮੀਨ ਸਮਾਨ ਦਾ ਗੱਲਾਂ ਦਾ ਫਰਕ ਹੈ। ਉਹਨਾਂ ਦੀ ਕਹਾਣੀ ਹੋਰ ਆ, ਪਾਰਲੀਮੈਂਟ ਦੇ ਉੱਤੇ ਹਮਲਾ ਕਰ ਦੇਣਾ ਜਾ ਕੇ ਬੰਦਿਆਂ ਨੇ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਕਹਾਣੀ ਤੋਂ, ਉਹ ਤਾਂ ਦੇਸ਼ ਦੀ ਕਿਸਮ ਦੀ ਬਹੁਤ ਵੱਡੀ ਗੱਲ ਸੀ ਪਾਰਲੀਮੈਂਟ ਦੇ ਉੱਤੇ, ਕੁਛ ਵੀ ਹੋ ਸਕਦਾ ਸੀ ਉੱਥੇ, ਉਹਦੇ ਨਾਲ ਨਹੀਂ ਆਪਾਂ ਨੂੰ ਅਫਜ਼ਲ ਗੁਰੂ ਵਾਲੀ ਗੱਲਾਂ ਇਹਨੂੰ ਨਹੀਂ ਜੋੜਨਾ ਚਾਹੀਦਾ। ਬੀਜੇਪੀ ਦਾ ਆਪਦਾ ਏਜੰਡਾ, ਸਾਡਾ ਆਪਦਾ ਏਜੰਡਾ ਹੈ, ਬੀਜੇਪੀ ਨੇ ਆਪਣੇ ਲੈਵਲ 'ਤੇ ਜੋ ਕਹਿਣਾ ਉਹ ਤਾਂ ਬੀਜੇਪੀ ਵਾਲੇ ਜਵਾਬ ਦੇ ਸਕਦੇ ਨੇ, ਮੈਂ ਤਾਂ ਦੇ ਨਹੀਂ ਸਕਦਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।